ਭਰ ਵਿੱਚ ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ ਵੱਲੋਂ 21 ਦਸੰਬਰ ਤੋਂ 26 ਦਸੰਬਰ ਤੱਕ ਆਰੰਭ ਕੀਤੀ ਗਈ ਹੜਤਾਲ ਦਾ ਅਸਰ ਸ਼ਹਿਰ ਵਿੱਚ ਆਮ ਵੇਖਣ ਨੂੰ ਮਿਲਿਆ। ਇੱਥੇ ਇਹ ਦੱਸ ਦੇਣਾ ਜ਼ਰੂਰੀ ਹੋਵੇਗਾ ਕਿ ਸ਼ਨੀ ਅਤੇ ਐਤਵਾਰ ਤੋਂ ਬਾਅਦ ਕ੍ਰਿਸਮਸ ਡੇ ਦੀ ਛੁੱਟੀ ਹੋਣ ਕਰਕੇ ਬੈਂਕ 5 ਦਿਨ ਬਾਅਦ ਹੀ ਖੁੱਲ੍ਹ ਸਕਣਗੇ। ਇਸ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਬੈਂਕ ਅਧਿਕਾਰੀ ਬੀ.ਕੇ. ਕਾਲੜਾ ਦਾ ਕਹਿਣਾ ਸੀ ਕਿ ਉਹਨਾਂ ਨੇ ਏ.ਟੀ.ਐਮ. 'ਚ ਪੈਸਾ ਆਮ ਦਿਨਾਂ ਤੋਂ ਵੱਧ ਪਾ ਦਿੱਤਾ ਹੈ ਤਾਂ ਜੋ ਲੋਕਾਂ ਨੂੰ 2-3 ਦਿਨ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇੱਕ ਤਾਂ ਜਿਹੜੇ 5 ਮੁੱਖ ਬੈਂਕ ਨੇ ਉਹਨਾਂ ਨੇ ਸਾਡਾ ਵੇਜ ਰਿਵੀਜ਼ਨ ਜਿਹੜਾ ਨਵੰਬਰ 2017 ਤੋਂ ਡਿਊ ਹੈ ਉਹਦੇ ਵਿੱਚ ਕੰਪਲੀਟ ਮੈਂਡੇਟ ਨਹੀਂ ਦਿੱਤਾ ਹੈ। ਇਹ ਸਰਕਾਰ ਦੀ ਸ਼ਹਿ ਦੇ ਉੱਪਰ ਇਹ ਸ਼ਰਾਰਤ ਕੀਤੀ ਜਾ ਰਹੀ ਆ ਆਫਿਸਰਾਂ ਨੂੰ ਵੰਡਣ ਦੀ। ਸਕੇਲ 3 ਤੱਕਣ ਦਾ ਮੈਂਡੇਟ ਦਿੱਤਾ ਗਿਆ। ਅੱਗੇ ਸਾਡਾ ਜਿਹੜਾ ਵੇਜ ਰਿਵੀਜ਼ਨ ਹੁੰਦਾ ਸੀ ਉਹ ਸਕੇਲ 1-7 ਹੁੰਦਾ ਸੀ। ਹੁਣ ਇਹਨਾਂ ਨੇ ਕਿਹਾ ਵੀ ਜਿਹੜੇ 4-7 ਹੈਗੇ ਨੇ ਉਹਨਾਂ ਨੂੰ ਅਸੀਂ ਅਲੱਗ ਦੇਵਾਂਗੇ। ਸਾਡਾ ਇਹ ਹੈ ਵੀ ਜਿੰਨੇ ਵੀ ਬੈਂਕ ਨੇ ਉਹ ਕੰਪਲੀਟ ਮੈਂਡੇਟ ਦੇਣ ਤਾਂ ਕਿ ਜਿਸ ਤਰ੍ਹਾਂ ਸਾਡਾ ਵੇਜ ਰਿਵੀਜ਼ਨ 5 ਸਾਲ ਬਾਅਦ ਹੁੰਦਾ ਹੈ ਉਹ ਨਵੰਬਰ 2017 ਤੋਂ ਡਿਊ ਹੈ ਉਹ ਹੋ ਸਕੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ SS ਪਨੀਸਰ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।